दोस्तों सत श्रीकाल, मैं तुहाड़ा अपना वरुण तिवारी। इमीग्रेशन के उत्ते वीज़ा के उत्ते स्पैशल प्रोग्राम से मैं अपने स्पैशलिस्ट के नाल हरजिंदर चौहान जी। हरजिंदर जी, तुहाड़ा स्टूडियो एक बार फिर स्वागत। थैंक यू वरुण जी, थैंक यू एंड हैलो टू एवरीवन। सारा का बहुत प्यार मिल रहा है इस प्रोग्राम में। काफ़ी सारे क्वेश्चन आ रहे हैं कि कई बार तक किनिया कॉल्स आ जाए कि ये बारे दसो, ये बारे दसो। तो मैं हमेशा सारे कहना कि अगले प्रोग्राम से मैं जरूर हरजिंदर जी को ले वाले क्वेश्चन पूछागा। हरजिंदर जी, आप गलबात की लास्ट टाइम 491 वीज़ा की। हाँ जी, हाँ जी। तो रिलेटेड काफ़ी सारे क्वेश्चन आए हुए हैं साढ़े को। सब तो पहला तो क्वेश्चन ये है कि वो फैमिली पूरी अपलाई कर सकती है? हाँ जी वरुण जी, जे इफ परसन इज मैरिड सो दे कैन इंक्लूड लाइक पार्टनर और देयर चिल्ड्रन इन द एप्लीकेशन। तो ये चीज़ क्लीयर हो गई है कि तुसी अपनी फैमिली नू ते सारे नू कट्ठा ही अपलाई कर सकते हैं, उन्हां दी एलिजिबिलिटी ते डिपेंड करता। हाँ जी, सारे नू इक्को एप्लीकेशन च आपां इंक्लूड कर सकते हैं। दैट्स वेरी गुड। एंड फिर वो क्वेश्चन जरूर आया हैगा या इंश्योरेंस बारे दस्या जावे कि इहदे वास्ते जरूरी हैगा इंश्योरेंस के नहीं? वरुण जी, ये वीजे का बेनीफिट ये आ जो तुम अपलाई करते जे तो मेडिकेयर वास्ते एलिजिबल जे, तुहानू स्पैशल इंश्योरेंस लैण की लोड़ नहीं। यू विल बी एलिजिबल फॉर मेडिकेयर जी। ओके, दैट्स वेरी गुड कि तुहानू पूरी पूरी फैसिलिटीज इत्थे मिल रही हैं। बिल्कुल जी। तो कि स्पॉन्सरशिप है वो कौन कौन एलिजिबल होंगे आ, उसकी रिक्वायरमेंट्स की आ? जे तुहाडा रिलेटिव तुहानू स्पॉन्सर कर रहा है जी, हाँ जी, तो उहदे विच देखो तुहाडी फैमिली मैंबर हो सकता वा, तुहाडे पेरेंट्स हो सकते आ, ਤੁਹਾਡੇ ਬ੍ਰਦਰ ਹੋ ਸਕਦਾ ਵਾ, ਤੁਹਾਡੀ ਸਿਸਟਰ ਹੋ ਸਕਦੀ ਆ, ਤੁਹਾਡੇ ਅੰਕਲ ਆਂਟੀ ਹੋ ਸਕਦੇ, ਤੁਹਾਡੇ ਗ੍ਰੈਂਡ ਪੇਰੈਂਟਸ ਹੋ ਸਕਦੇ ਆ, ਤੁਹਾਡਾ ਨੈਫਿਊ ਨੀਸ ਹੋ ਸਕਦਾ, ਇਹਦੇ ਵਿੱਚ ਤੁਹਾਡਾ ਫਸਟ ਕਜ਼ਨ ਵੀ ਹੋ ਸਕਦਾ ਜੀ। ਓਕੇ, ਫਸਟ ਕਜ਼ਨ ਵੀ ਤੁਹਾਨੂੰ ਸਪੌਂਸਰ ਕਰ ਸਕਦਾ ਇਹਦੇ ਵਾਸਤੇ। ਅਤੇ ਇਹਨਾਂ ਕੋਈ ਰਿਲੇਟਿਵ ਦੀ ਕੋਈ ਰਿਕੁਆਇਰਮੈਂਟ ਵੀ ਹੈਗੀ ਆ ਕਿ ਉਹਨਾਂ ਨੂੰ ਕੀ ਹੋਣਾ ਚਾਹੀਦਾ ਆ? PR ਹੋਣੀ ਚਾਹੀਦੀ ਆ, ਸਿਟੀਜ਼ਨ ਹੋਣੇ ਚਾਹੀਦੇ ਆ, ਇੱਦਾਂ ਕੁਛ? ਹਾਂਜੀ ਵਰਨ ਜੀ, ਉਹਨਾਂ ਦੀ ਏਜ ਹੋਣੀ ਚਾਹੀਦੀ 18 ਈਅਰ, 18 ਈਅਰ ਔਰ ਅਬਵ, PR ਹੋਣੇ ਚਾਹੀਦੇ ਜਾਂ ਆਸਟ੍ਰੇਲੀਅਨ ਸਿਟੀਜ਼ਨ ਹੋਣੇ ਚਾਹੀਦੇ ਆ। ਤੇ ਸ਼ੁਡ ਬੀ ਯੂਜ਼ਲੀ ਰੈਜ਼ੀਡੈਂਟ ਇਨ ਦਾ ਓਰੀਜਨਲ ਏਰੀਆ। ਓਕੇ, ਤੇ ਬੜਾ ਇੰਪੋਰਟੈਂਟ ਕੁਐਸਚਨ ਕਿਹੜਾ ਕਿ ਇੰਨੇ ਸਾਰੇ ਕੁਐਸਚਨਸ ਆਏ ਨੇ ਰਜਿੰਦਰ ਜੀ, ਕਿ ਕੋਸਟ ਕੀ ਹੈ ਇਹਦੀ? ਕੋਸਟ ਦੇਖੋ ਜੀ, ਇਹਦੀ ਐਪਲੀਕੇਸ਼ਨ ਫੀਸ ਆ, ਮੇਨ ਐਪਲੀਕੈਂਟ ਦੀ ਫੀਸ ਹੈ ਜੀ $4,045, ਐਂਡ ਸੈਕੰਡਰੀ ਐਪਲੀਕੈਂਟ ਜੇ ਤੁਸੀਂ ਆਪਣੀ ਵਾਈਫ ਨੂੰ ਇਨਕਲੂਡ ਕਰਦੇ ਜੇ ਇਫ ਯੂ ਆਰ ਮੈਰਿਡ, $2,025, ਅਤੇ ਚਾਈਲਡ ਦੀ ਫੀਸ ਆ $1,010। ਓਕੇ, ਐਕਸਪੈਂਸਿਵ ਕਾਫੀ ਜੇ ਤੁਸੀਂ ਕਹਿ ਰਹੇ ਹੋ ਵੀ ਇਫ ਯੂ ਆਰ ਫੈਮਲੀ ਆਫ ਫੋਰ ਇਟ ਵਿਲ ਬੀ ਕੋਸਟ ਯੂ ਅਰਾਊਂਡ $8,000, ਮੋਰ ਦੈਨ 8,000। ਤੁਸੀਂ ਕੰਮ ਵੀ ਤਾਂ ਫਿਰ ਇੱਥੇ ਆ ਕੇ ਕਰ ਰਹੇ ਹੋ ਜੀ? ਹਾਂ ਜੀ ਬਿਲਕੁਲ ਜੀ, ਕਰਦੇ ਹੋਏ ਦੋਨੋਂ ਤਰਫ ਕਈ ਚੰਗੀਆਂ ਚੰਗੀਆਂ ਚੀਜ਼ਾਂ ਵੀ ਹੈਗੀਆਂ ਕਰਦੇ ਹੋਏ। ਅਤੇ ਇਹਨੂੰ ਅਪਲਾਈ ਕਰਨ ਦਾ ਕੀ ਤਰੀਕਾ ਜੀ? ਅਪਲਾਈ ਕਰਨ ਦਾ ਤਰੀਕਾ ਇਹ ਆ ਵਰਨ ਜੀ, ਤੁਸੀਂ ਇਹਨੂੰ ਇਮੀ ਅਕਾਊਂਟ ਦੇ ਥਰੂ ਕਰ ਸਕਦੇ ਜੀ ਜੀ, ਜਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ, ਜਾਂ ਆਪਣੇ ਮਾਈਗ੍ਰੇਸ਼ਨ ਏਜੰਟ ਨਾਲ ਕੰਟੈਕਟ ਕਰ ਸਕਦੇ ਜੇ। ਫਸਟ ਸਟੈਪ ਇਹਦਾ ਇਹ ਹੁੰਦਾ ਵੀ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਇਮੀਗ੍ਰੇਸ਼ਨ ਸਾਈਟ 'ਤੇ ਜਾ ਕੇ ਲੌਂਚ ਕਰਨਾ ਪੈਂਦਾ ਵਾ ਜੀ, ਫਿਰ ਤੁਹਾਨੂੰ ਸਟੇਟ ਦੀ ਨੋਮੀਨੇਸ਼ਨ ਵਾਸਤੇ ਅਪਲਾਈ ਕਰਨਾ ਪੈਂਦਾ। ਜੇ ਤੁਹਾਡੀ ਸਟੇਟ ਤੁਹਾਨੂੰ ਨੋਮੀਨੇਟ ਕਰ ਦਿੰਦੀ ਆ, ਤੁਹਾਨੂੰ ਅਪਰੂਵ ਕਰ ਦਿੰਦੀ ਤੁਹਾਡੀ ਸਪੋਂਸਰਸ਼ਿਪ ਨੂੰ, ਫਿਰ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਜੀ। ਓਕੇ, ਅਤੇ 491 ਵੀਜ਼ਾ ਦੇ ਵਿੱਚ ਬਾਅਦ 'ਚੋਂ PR ਵੀ ਹੈਗੀ ਆ? ਇਹ ਬਹੁਤ ਸਾਰੇ ਕੁਐਸਚਨ ਪੁੱਛਦੇ ਆ ਕਿਉਂਕਿ ਲੋਕਾਂ ਦਾ ਫੋਕਸ ਉੱਧਰ ਹੁੰਦਾ ਕਿ ਅਗਰ ਆਪਾਂ ਆ ਗਏ ਹਾਂ ਜਾਂ ਇੱਥੇ ਕੰਮ ਕਰ ਰਹੇ ਹਾਂ, ਉਸ ਤੋਂ ਬਾਅਦ PR ਦੇ ਕੀ ਚਾਂਸਿਸ ਆ? ਹਾਂਜੀ ਵਰਨ ਜੀ, ਤੁਸੀਂ ਇਹ 5 ਸਾਲ ਦਾ ਵੀਜ਼ਾ ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਜੀ, ਤੁਸੀਂ 3 ਸਾਲ ਕੰਮ ਕਰੋਗੇ ਤੁਸੀਂ ਜਾਂ ਤੁਹਾਡਾ ਪਾਰਟਨਰ ਜੀ। ਇਹਦੀ ਬਿਊਟੀ ਇਹ ਆ ਵੀ ਜੇ ਤੁਸੀਂ ਮੇਨ ਐਪਲੀਕੈਂਟ ਸਪੋਜ਼ ਕਰੋ ਤੁਹਾਡੀ ਵਾਈਫ ਆ ਅਤੇ ਤੁਸੀਂ ਉਹਨੂੰ ਕੋਈ ਜੋਬ ਨਹੀਂ ਮਿਲ ਰਹੀ, ਜੇ ਤੁਹਾਨੂੰ ਜੋਬ ਮਿਲ ਗਈ ਆ ਤੁਸੀਂ ਸੈਕੰਡਰੀ ਐਪਲੀਕੈਂਟ ਦੇ, ਤੁਸੀਂ ਉੱਥੇ 3 ਸਾਲ ਕੰਮ ਕਰੋਗੇ ਤਾਂ ਤੁਹਾਡੀ ਇਨਕਮ $53,900 ਐਵਰੀ ਈਅਰ ਹੋਣੀ ਚਾਹੀਦੀ ਆ ਜੀ। 3 ਸਾਲ ਤੁਸੀਂ ਕੰਮ ਕਰ ਲਿਆ, ਉਸ ਤੋਂ ਬਾਅਦ ਤੁਹਾਡੀ ਐਲੀਜੀਬਿਲਟੀ 191 ਵੀਜ਼ੇ ਵਾਸਤੇ ਬਣ ਜੂਗੀ ਜੀ, ਜਿਹੜਾ ਕਿ ਪਰਮਾਨੈਂਟ ਵੀਜ਼ਾ ਵਾ ਜੀ। ਅਤੇ ਇਹ ਵੀ ਬੜਾ ਕੁਐਸਚਨ ਹੈ ਕਿ ਤੁਹਾਨੂੰ ਇੱਕ ਵਾਰੀ ਵੀਜ਼ਾ ਮਿਲ ਗਿਆ ਅਤੇ ਫਿਰ ਤੁਸੀਂ ਸਿਟੀ ਦੇ ਵਿੱਚ ਵੀ ਰਹਿ ਸਕਦੇ ਹੋ ਜਾਂ ਵੀਜ਼ਾ ਗ੍ਰਾਂਟ ਹੋ ਜਾਂਦਾ? ਨਹੀਂ ਵਰਨ ਜੀ, ਤੁਹਾਨੂੰ ਸਿਰਫ ਓਰੀਜਨਲ ਆਸਟ੍ਰੇਲੀਆ ਵਿੱਚ ਹੀ ਰਹਿਣਾ ਪਊਗਾ। ਓਕੇ, ਤੁਸੀਂ ਕੰਡੀਸ਼ਨ ਆ ਜੀ? ਹਾਂਜੀ, ਜਿਹੜੇ ਵੀ ਪੋਸਟ ਕੋਡ ਡੈਜੀਗਨੇਟਡ ਪੋਸਟ ਕੋਡ ਆ ਤੁਹਾਨੂੰ ਉਹ ਡੈਜੀਗਨੇਟਡ ਪੋਸਟ ਕੋਡ ਵਿੱਚ ਹੀ ਰਹਿਣਾ ਪਊਗਾ। ਤੁਸੀਂ ਇੱਕ ਪੋਸਟ ਕੋਡ ਤੋਂ ਦੂਜੇ ਪੋਸਟ ਕੋਡ ਵਿੱਚ ਮੂਵ ਕਰ ਸਕਦੇ ਜੇ, ਪਰ ਮੇਨ ਸਿਟੀ ਵਿੱਚ ਤੁਸੀਂ ਮੂਵ ਨਹੀਂ ਕਰ ਸਕਦੇ। ਓਕੇ, ਤਾਂ ਆਪਾਂ ਦੂਜੇ ਓਰੀਜਨਲ ਏਰੀਆ ਦੇ ਵਿੱਚ ਜਾ ਕੇ ਰਹਿ ਸਕਦੇ ਹਾਂ, ਉੱਥੇ ਕੰਮ ਕਰ ਸਕਦੇ ਹਾਂ, ਬਟ ਨੋਟ ਇਨ ਦਾ ਸਿਟੀ, ਨੋਟ ਮੈਲਬੋਰਨ, ਸਿਡਨੀ, ਪਰਥ। ਹਾਂਜੀ ਬਿਲਕੁਲ ਜੀ, ਬਿਲਕੁਲ ਕਰੈਕਟ। ਇਹ ਤਾਂ ਮੀਨਜ਼ ਬਹੁਤ ਵਧੀਆ ਚੀਜ਼ ਆ ਕਿ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾ ਸਕਦੇ ਹੋ, ਕੰਮ ਕਰ ਸਕਦੇ ਹੋ, ਤੁਹਾਨੂੰ ਓਪਰਚੁਨਿਟੀਜ਼ ਹੋਰ ਜ਼ਿਆਦਾ ਖੁੱਲ੍ਹ ਗਈਆਂ। ਹਾਂਜੀ, ਗੌਰਮੈਂਟ ਦਾ ਇਹ ਆ ਜੀ, ਉਹ ਦੇ ਵਾਂਟ ਟੂ ਡਿਵੈਲਪ ਰੀਜਨਲ ਏਰੀਆਜ਼, ਦੈਟਸ ਵਾਈ ਦੇ ਬ੍ਰੌਟ ਦਿਸ ਨਿਊ ਵੀਜ਼ਾ ਜੀ। ਕੈਨ ਯੂ ਲਾਈਨ ਇਨ ਐਨੀ ਰੀਜਨਲ, ਪਰਟੀਕੁਲਰ ਰੀਜਨਲ? ਔਰ ਨੋ ਨੋ, ਲਾਈਕ ਇਫ
your visa is approved in New South Wales and later on you can't find a job in New South Wales, जी. you can move to other state but in the regional area. Okay जी, ते एदा वीजा लेबल की है? एदे विच भी कोई वीजा लेबल नहीं है. अजकल हुण आस्ट्रेलिया गवर्नमेंट इमीग्रेशन डिपार्टमेंट कोई भी वीजा लेबल इशू नहीं करता. दैट वीजा विल बी लिंक टू योर पासपोर्ट. दैट्स ग्रेट. तो हरजिंदर जी, किदा हुण जांदे जांदे आपां तुसीं तां किन्ने सारे केसिस देखे ने, किन्ने रीजनल एरियाज देखे ने, कोई इदां दी चीज़ कि तुसीं दसना चाहते हो कि किहड़े ऑलरेडी वीजा दे विच हैगे ने लोग, किहड़े कर रहे ने जा रहे ने, किस चीज़ नूं अगर फॉलो करन, की ना करन ते की करन? हाँ जी वरुण जी, मैं यही कहना हुंदा जो तुम वीज़ा कोई अपलाई करते जे वो बेनीफिट देखो, जे तुहानू अपॉर्चुनिटी मिल रही है वो वीज़ा लैन की, जस्ट टेक दैट अपॉर्चुनिटी एंड फॉलो द वीज़ा कंडीशन. जिहड़ियां भी तुहाडियां वीज़ा कंडीशन आ, जिवें आपां गल कीती भी ओरिजिनल एरिए तो सिटी तो मूव कर रहे जे, ये काम ना करो तुसीं. जे तुहानू ओरिजिनल एरिए का वीज़ा मिलिया तो तुसीं अपने जदों तक तुहाडी PR की एलिजिबिलिटी नहीं बनती ओरिजिनल एरिए ही रहोगे, फिर ही ਤੁਹਾਡੇ ਵਾਸਤੇ ਫਿਊਚਰ ਵਾਸਤੇ ਬੈਨੀਫੀਸ਼ੀਅਲ. ਆਪਣੀ ਕੰਡੀਸ਼ਨ ਨੂੰ ਸੇਫ ਰੱਖੋ ਤੇ ਕਿਹਦੇ ਨਾਲ PR ਆਉਣ ਦੇ ਵਿੱਚ ਬਹੁਤ ਆਸਾਨੀ ਰਹੇ. ਹਾਂਜੀ ਬਿਲਕੁਲ ਜੀ. ਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸਾਡੇ ਸਪੈਸ਼ਲਿਸਟ ਹਰਿੰਦਰ ਚੌਹਾਨ ਜੀ ਨਾਲ ਕੰਟੈਕਟ ਕਰ ਸਕਦੇ ਹੋ. ਹਾਂਜੀ ਵਰਨ ਜੀ, ਜੇ ਹੋਰ ਵੀ ਕੋਈ ਫਰਦਰ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਸਾਡੇ ਆਫਿਸ ਤੇ ਫੋਨ ਕਰ ਸਕਦੇ ਜਾਂ ਤੁਸੀਂ ਆਪਣੇ ਮਾਈਗ੍ਰੇਸ਼ਨ ਏਜੰਟ ਨਾਲ ਗੱਲ ਕਰ ਸਕਦੇ ਹੋ. ਤੇ ਦੋਸਤੋ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕੀਤੀ 491 ਵੀਜ਼ਾ ਦੀ, ਤੇ ਅੱਗੇ ਵੀ ਤੁਹਾਡੇ ਵਾਸਤੇ ਸਪੈਸ਼ਲ ਵੀਜ਼ਾਜ਼ ਤੇ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਾਂਗੇ. ਮੈਂ ਵਰੁਣ ਤਿਵਾਰੀ, ਮੇਰੇ ਨਾਲ ਹਰਜਿੰਦਰ ਚੌਹਾਨ ਜੀ. ਥੈਂਕ ਯੂ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ. Hi, how may I assist you? International Visa Advisors is one of the longest serving migration and education consultants in Australia. Hi, this is International Visa Advisors. How may I assist you today? We are a group of highly experienced migration and education advisors. We assisted thousands of clients since 2009. We are expert in visa-sponsored visa, state-sponsored visa, domestic migration, partner visa, and student visa. We have more than 10 years of experience in dealing ADA review applications. We can help you enroll in degree courses, vocational courses, and study schools. Our team is dedicated to listening to our clients. We do not charge any fees for initial consultation. We are located in Sydney and Melbourne. Our team provided best customer service to our clients. For all your migration and education matters, please contact us on 02-8814-8888 or on mobile at 0403-430-987. Email us at info@visaadvisors.com.au or visit our website www.visaadvisors.com.au.